ਨਿਯੁਕਤੀਆਂ ਦੀ ਅਜ ਵੈਸੇ ਗੱਲ ਜਿਆਦਾ ਚੱਲ ਰਹੀ ਹੈ ਆਪਣੇ ਕੋਲੇ ਤਾਂ ਨਿਯੁਕਤੀਆਂ ਨੂੰ ਲੈ ਕੇ ਮਿੰਟੂ ਜੀ ਹੁਣ ਇੱਕ ਜੱਜ ਸਾਹਿਬ ਦੀ ਨਿਯੁਕਤੀ ਰੁਕ ਗਈ ਜਿਵੇਂ ਕਿ ਕਹਿੰਦੇ ਕਿ ਬਾਈ ਇੱਕ ਹੀ ਕਹਾਣੀ ਬਣ ਗਈ ਕੁੱਤਾ ਬਟਨ ਕਰਕੇ ਨੇ ਕੁੱਤਾ ਉਹਨੇ ਆਪ ਥੋੜੀ ਵੱਡਿਆ ਹੋਏਗਾ ਕਮੇਟ ਬਣਾਉਣਾ ਹੈ ਜੀ ਕੁੱਤਾ ਦਾ ਮਾਮਲਾ ਇਹ ਸੀਗਾ ਕਿ ਸੁਪਰੀਮ ਕੋਰਟ ਚ ਮੱਧ ਪ੍ਰਦੇਸ਼ ਦਾ ਮਾਮਲਾ ਗਿਆ ਸਿਵਲ ਜੱਜ ਵਾਸਤੇ ਇੱਕ ਕੁੜੀ ਨੇ ਦੋ ਵਾਰੀ ਕੁਆਲੀਫਾਈ ਕੀਤਾ ਉਹਦੇ ਤੇ ਇਲਜ਼ਾਮ ਇਹ ਲੱਗਾ ਕਿ ਉਹਦੇ ਤੇ ਇੱਕ ਐਫ ਆਈ ਆਰ ਦਰਜਿਆ ਅੱਛਾ ਜੀ ਤੇ ਉਹਨੇ ਸ਼ੁਰੂਆਤ ਦੇ ਵਿੱਚ ਉਸ ਐਫ ਆਈ ਆਰ ਦੀ ਜਿਹੜੀ ਜਾਣਕਾਰੀ ਦੇਣੀ ਹੁੰਦੀ ਆ ਜਿਵੇਂ ਕੱਲ ਆਪਾਂ ਪਾਸਪੋਰਟ ਵਾਲੇ ਮਾਮਲੇ ਚ ਕਿਥੇ ਤੁਹਾਨੂੰ ਐਫ ਆਈ ਆਰ ਦੀ ਜਾਣਕਾਰੀ ਦੇਣੀ ਜ਼ਰੂਰੀ ਆ ਆਦਰਵਾਇਜ਼ ਪਾਸਪੋਰਟ ਐਕਟ ਦੇ ਤਹਿਤ ਤੁਸੀਂ ਇਹੋ ਜਿਹੇ ਫਸੋਗੇ ਨਾ ਜੇ ਜਾਣਕਾਰੀ ਹਾਈਡ ਕਰੋਗੇ ਤਾਂ ਗੈਰ ਕਾਨੂੰਨ ਤੋਂ ਤੁਸੀਂ ਜੀ ਤਾਂ ਇੱਥੇ ਇਹ ਹੋਇਆ ਕਿ ਹਾਈ ਕੋਰਟ ਨੇ ਵੀ ਉਹਦੀ ਗੱਲ ਨਹੀਂ ਸੁਣੀ ਉਲਟਾ ਟਿੱਪਣੀਆਂ ਕੀਤੀਆਂ ਉਹ ਫਿਰ ਸੁਪਰੀਮ ਕੋਰਟ ਚ ਆਈ ਮਸਲਾ ਐਸੀ ਕਾ ਕਿ ਉਹਦਾ ਕੁੱਤਾ ਗਾਂ ਕਿਤੇ ਗਵਾਂਢੀ ਨੂੰ ਵੱਢ ਗਿਆ ਵੱਡਿਆ ਵੀ ਕੋਈ ਜ਼ਿਆਦਾ ਨਹੀਂ ਸੀ ਸਪਰੀਮ ਕੋਰਟ ਨੇ ਫਿਰ ਇਹਦੇ ਤੇ ਫੈਸਲਾ ਦਿੱਤਾ ਨੇ ਕਿ ਯਾਰ ਇਹ ਕਿਹੜਾ ਕੋਈ ਵੱਡਾ ਕ੍ਰਾਈਮ ਹੈ ਕੁੱਤਾ ਕਿਸੇ ਗਵਾਂਡੀ ਨੂੰ ਵੱਢ ਗਿਆ ਕੋਈ ਛੋਟਾ ਪ੍ਰਾਥੀ ਇਹਨੂੰ ਹਾਈ ਕੋਰਟ ਵੱਲੋਂ ਵੇਖਣਾ ਚਾਹੀਦਾ ਸੀਗਾ ਜੀ ਕੁੜੀ ਨੇ ਦੋ ਵਾਰੀ ਕੁਆਲੀਫਾਈ ਕੀਤਾ ਤੁਸੀਂ ਉਹਦੀ ਜੁਆਇਨਿੰਗ ਰੋਕੀ ਖੜੇ ਹੋ ਸੋ ਇਸ ਕਰਕੇ ਕੁੱਤੇ ਦਾ ਵੱਢਣ ਦਾ ਮਾਮਲਾ ਜਿਹੜਾ ਵੈਸੇ ਅੱਜਕੱਲ ਬੜੀ ਚਰਚਾ ਹੋ ਰਹੀ ਹੈ ਜੋ ਹਾਈ ਕੋਰਟ ਚੋਂ ਮਾਮਲਾ ਨਿਕਲਿਆ ਨਾ ਜੀ ਜਿਹਦੀ ਆਪਾਂ ਪਹਿਲੀ ਗੱਲ ਆਰਡਰ ਆਪਾਂ ਪਹਿਲਾਂ ਹੀ ਕਰਤੀ ਸੀ ਇਹ ਵੇਖ ਲਓ ਚਾਰ ਪੰਜ ਦਿਨ ਬਾਅਦ ਚਲੋ ਆਪਾਂ ਕੋਈ ਲੀਡਰ ਥੋੜੀ ਹੈ ਕਿ ਕ੍ਰੈਡਿਟ ਵਾਰਚ ਪਾਵਾਂਗੇ ਜੀ ਉਹ ਆਪਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਆਰਡਰ ਆ ਚੁੱਕਾ ਸੀਗਾ ਤੇ ਇੱਕ ਗੱਲ ਹੋਰ ਆ ਉਹ ਖਬਰ ਨੂੰ ਇਦਾਂ ਘੁਮਾਇਆ ਜਾ ਰਿਹਾ ਕਿ ਕੁੱਤੇ ਰੱਖਣ ਵਾਲੇ ਸਾਵਧਾਨ ਹੋ ਜੀ ਨਹੀਂ ਨਹੀਂ ਸਭ ਕੋਈ ਜਦੋਂ ਨਿਯਮ ਮੰਨਣਗੇ ਉਦੋਂ ਸਪਸ਼ਟ ਹੋਣਾ ਇਹ ਹੀ ਤੇ ਮੀਡੀਆ ਦੀ ਸਾਡੀ ਕਰਤੂਤ ਮਾੜੀ ਆ ਨਾ ਜੀ ਅਸੀਂ ਉਨੀ ਜਾਣਕਾਰੀ ਦਈਏ ਜਿੰਨੀ ਸਾਡੇ ਕੋਲ ਹੈਗੀ ਆ ਜੀ ਜਾਂ ਕਹਿ ਲੋ ਕਿ ਜਿੰਨੀ ਜਾਣਕਾਰੀ ਦੇਣਾ ਸਾਡਾ ਫਰਜ਼ ਬਣਦਾ ਹੈ ਹਾਲੇ ਪਾਲਤੂ ਕੁੱਤੇ ਦਾ ਜਦੋਂ ਕੋਈ ਨਿਯਮ ਕੋਈ ਨੋਟੀਫਾਈ ਹੋਏਗਾ ਫਿਰ ਹੀ ਪਤਾ ਲੱਗੇਗਾ ਨਾ ਹਾਲੇ ਤੱਕ ਕਮੇਟੀਆਂ ਬਣਨ ਗਿਆ ਉਹਨਾਂ ਨੇ ਫਿਰ ਨਿਯਮ ਬਣਾਉਣੇ ਨੇ ਕਲੇਮ ਵਗੈਰਾ ਦੇ ਜੀ ਜੀ ਸੋ ਆ ਚੀਜ਼ ਹੈ ਜੀ 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 ਤੇ ਹਦਰੋ ਵਿਸ਼ਾਲ ਜਿਸਵਾਲ ਧੰਨਵਾਦੀ ਕੰਟਰੀਬਿਊਟ ਕੀਤਾ ਜੀ ਤੇ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਜੀ ਇਧਰੋਂ ਹੀਰਾ ਜੀ ਕਹਿੰਨੇ ਕਿ ਕਿਉਂਕਿ ਧਰਤੀ 365 ਦਿਨ ਅ ਤੇ 6 ਦਿਨ ਚ ਆਪਣਾ ਚੱਕਰ ਪੂਰਾ ਕਰਦੀ ਹੈ ਜੀ ਕਹਿੰਦੇ ਕਿ ਬਈ ਇਹ ਕਰ ਰਿਹਾ ਇਸ ਕਰਕੇ ਹੈ ਜੀ ਕਹਿੰਦੇ ਇਹ ਵੀ ਸੈਂਟੀਫਿਕ ਚੀਜ਼ਾਂ ਨੇ ਜੀ ਜੀ ਸੁਣਨੀਆਂ ਤੇ ਸਮਝਣੀਆਂ ਚਾਹੀਦੀ ਜੀ 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 ਤਾਂ ਇਹਦੇ ਨਾਲ ਇਧਰੋਂ ਬੰਟੀ ਜੀ ਕੋਈ ਕਮੈਂਟ ਕਰਦੇ ਕੋਈ ਗੱਲ ਨਹੀਂ ਨਾਂ ਬੋਲਣ ਦਾ ਕੋਈ ਚੱਕਰ ਨਹੀਂ ਤਾਂ ਤੁਸੀਂ ਕੋਈ ਗੱਲ ਰੱਖੋ ਕੋਈ ਕੋਈ ਚੱਕਰ ਨਹੀਂ ਇਧਰੋਂ ਕਹ ਰਹੇ ਨੇ ਜੀ ਜਰਨੈਲ ਸਿੰਘ ਪਨਾਮ ਪਿੰਡ ਦੇ ਪਨਾਮ ਪਿੰਡ ਦੇ ਸਨ ਜੀ ਗੜਸ਼ੰਕਰ ਦੇ ਕੋਲ ਜੀ ਮਰੋਕੀ ਜੀ ਕਹਿੰਦੇ ਹਾਂਜੀ ਜੀ ਜੀ ਕਈ ਨਾਮ ਸੀਗੇ ਜਰਨੈਲ ਸਿੰਘ ਦੇ ਤੇ ਕਬੱਡੀ ਦੇ ਵੀ ਬੜੇ ਧਾਕੜ ਖਿਡਾਰੀ ਸੀਗੇ ਅੱਛਾ ਜੀ ਜੈਲਾ ਪਨਾਮੀਆਂ ਕਹਿੰਦੇ ਸੀ ਵਾਹ ਜੀ ਵਾਹ ਤਗੜੇ ਤੋਂ ਤਗੜੇ ਰੇਡਰ ਨੂੰ ਢੇਰੀ ਕਰ ਦਿੰਦੇ ਸੀ ਕੈਂਚੀ ਮਾਰ ਕੇ ਜੀ 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 ਦੁਆਬਾ ਲੈਬ ਅਸੀਂ ਵੀ ਤੁਹਾਨੂੰ ਬਹੁਤ ਸੁਣਦੇ ਆ ਜੀ ਚਲੋ ਧੰਨਵਾਦ ਤੁਹਾਡਾ ਜੀ ਤੇ ਇਹਦੇ ਨਾਲ ਇਧਰੋਂ ਰਜਿੰਦਰ ਜੀ ਆਏ ਕਹਿੰਦੇ ਕਿ ਸਾਡੇ ਇਲਾਕੇ ਵਾਲੇ ਮੈਂਬਰਾਂ ਨੇ ਜੀ ਉਹ ਕੱਲ ਮੇਰੇ ਬਾਪੂ ਦਾ ਆਪ ਧਾਰ ਕਾਰਡ ਵੋਟਾਂ ਵਾਸਤੇ ਲੈ ਕੇ ਗਏ ਵਧੀਆ ਗੱਲ ਆ ਬਾਈ ਜੇ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਤੇ ਇਸ ਕਰਕੇ ਮਿਲਦਾ ਲੋਕ ਜਿਹੜੇ ਪਿੰਡਾਂ ਚੋਂ ਮਿਲਦਾ ਕਈ ਵਾਰੀ ਕਿਸੇ ਨੂੰ ਅਵੇਰਨੈਸ ਨਾ ਹੋਣ ਕਰਕੇ ਉਹ ਵੀ ਜਿਹੜਾ ਡਾਕੂਮੈਂਟ ਨਹੀਂ ਪੂਰੇ ਕਰ ਕੋ ਨਾ ਕਿ ਦੂਜੀਆਂ ਵੋਟਾਂ ਕਰ ਚਾ ਕੇ ਬਣਦੀਆਂ ਤੇ ਅਗਲਾ ਕਹਿੰਦਾ ਯਾਰ ਕਿੱਧਰ ਜਾਵਾਂਗੇ ਥੱਕੇ ਖਾਵਾਂਗੇ ਸਮੇਂ ਦੀ ਬਰਬਾਦੀ ਹੋਊਗੀ ਉਧਰ ਉਹ ਨਹੀਂ ਮਿਲਿਆ ਉਧਰ ਆ ਨਹੀਂ ਮਿਲਿਆ ਜੀ ਪਰ ਜਿਨ੍ਹਾਂ ਲੋਕਾਂ ਨੇ ਬਣਾਉਣੀਆਂ ਸੀ ਬਣਵਾ ਵੀ ਲਈਆਂ ਪਰ ਜੇ ਥੋੜਾ ਬਹੁਤਾ ਕਸ਼ਟ ਚੁੱਕਣਾ ਵੀ ਪਵੇ ਇਹੋ ਜੀ ਵੋਟ ਵਾਸਤੇ ਤੇ ਮੈਨੂੰ ਲੱਗਦਾ ਕਿ ਗੁਰੇਜ਼ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਜੀ ਇਧਰੋਂ ਸਰੋਵ ਠਾਕਰ ਜੀ ਇਹ ਕੈਨੇਡਾ ਤੋਂ ਟਰੱਕ ਡਰਾਈਵਰ ਮਿੰਟੂ ਜੀ ਕਹਿੰਦੇ ਇਹ ਇਕਲੌਤਾ ਚੰਦਲਾ ਜਿਹੜਾ ਨਿਊਜ਼ ਦੇ ਨਾਲ-ਨਾਲ ਚੰਗੀਆਂ ਗੱਲਾਂ ਦੀ ਲਈ ਮੋਟੀਵੇਟ ਵੀ ਕਰਦਾ ਸਾਨੂੰ ਥੈਂਕ ਯੂ ਬੋਥ ਆਫ ਯੂ ਮਿਹਰਬਾਨੀ ਜੀ ਸ਼ੁਕਰੀਆ ਤੇ ਇਧਰੋਂ ਬਈ ਹਾਂਜੀ ਤੇ ਮਿੰਟੂ ਜੀ ਕਹਿ ਰਹੇ ਕਿ ਤੁਸੀਂ ਬਹੁਤ ਸੋਹਣਾ ਲਿਖਿਆ ਅੱਜ ਸ਼ਮੀ ਜੀ ਬਾਰੇ ਕਹਿੰਦੇ ਕਿ ਕਈਆਂ ਦਾ ਕਮੈਂਟ ਆਇਆ ਵੀਰਾਂ ਦੇ ਕਹਿੰਦੇ ਕਿ ਬਾਈ ਅਸੀਂ ਪੋਸਟ ਪੜ੍ਹੀ ਤੁਹਾਡੀ ਕਹਿੰਦੇ ਉੱਥੋਂ ਜਾਣਕਾਰੀ ਮਿਲੀ ਤੁਹਾਨੂੰ ਮੈਨੂੰ ਇੱਕ ਮੰਤਰੀ ਦੇ ਲੜਕੇ ਦਾ ਵੀ ਆਇਆ ਮਤਲਬ ਕਿ ਸਲਾਗਾ ਭੇਜੀ ਆ ਮੈਂ ਬਹੁਤ ਲਿਖਿਆ ਸੀ ਜੀ ਹਜ਼ੂਰ ਆਪਦੀ ਲਾਈਫ ਚ ਜੀ ਪਰ ਹੁਣ ਸਮਾਂ ਸੁਮਾਂ ਘਟ ਗਿਆ ਜੀ ਤੁਹਾਨੂੰ ਪਤਾ ਰਹੇ ਜਿਵੇਂ ਵੱਧ ਗਏ ਲਿਖਤ ਲਵ ਸੀ ਆਪਣਾ ਹਾਂਜੀ ਹੁਣ ਹੁਣ ਵੱਡੀਆਂ ਪੋਸਟਾਂ ਲਿਖਣ ਵਾਲਾ ਕੰਮ ਵੈਸੇ ਵੀ ਟ੍ਰੈਂਡ ਘਟ ਗਿਆ ਨਾ ਬਹੁਤ ਨਹੀਂ ਲਿਖ ਤਾਂ ਮੈਂ ਲੋਕ ਨਹੀਂ ਤੁਸੀਂ ਲਿਖਣ ਨੂੰ ਪਰ ਜਿੱਦਾਂ ਮੈਂ ਤਾਂ ਤਿੰਨ ਤਿੰਨ ਘੰਟੇ ਲਗਾਤਾ ਟਾਈਪ ਕਰ ਲੈਂਦਾ ਸੀਗਾ ਜੀ ਜੀ ਬੜੀ ਪਰਮਾਤਮਾ ਦੀ ਮਿਹਰ ਸੀਗੀ ਪਰ ਹੁਣ ਲਿਖਨ ਦਾ ਯਾਨੀ ਆਧੇ ਹੀ ਜ਼ਿੰਦਗੀ ਦਾ ਨੋ ਰਜੇਮਾ ਕੁਛ ਇਸ ਤਰ੍ਹਾਂ ਵੱਧ ਗਿਆ ਕਿ ਕੋਈ ਨਹੀਂ ਚਲੋ ਕਿਤੇ ਸਮਾਂ ਮਿਲਿਆ ਤੇ ਸਾਰਾ ਗੁੱਬਗੁਵਾਰ ਫਿਰ ਕੋਈ ਕਿਤਾਬ ਕਤੂਬ ਚ ਕੱਢ ਦਿਆਂਗੇ ਜੀ 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 ਨਿਯੁਕਤੀਆਂ ਦੀ ਅਜਿਹੀ ਵੈਸੇ ਗੱਲ ਜਿਆਦਾ ਚੱਲ ਰਹੀ ਹੈ ਆਪਣੇ ਕੋਲੇ ਤਾਂ ਨਿਯੁਕਤੀਆਂ ਨੂੰ ਲੈ ਕੇ ਮਿੰਟ ਜੂਨ ਇੱਕ ਜੱਜ ਸਾਹਿਬ ਦੀ ਨਿਯੁਕਤੀ ਰੁਕ ਗਈ ਜੀ ਕਹਿੰਦੇ ਕਿ ਬਈ ਇੱਕ ਹੀ ਕਹਾਣੀ ਬਣ ਗਈ ਕੁੱਤਾ ਵਟਨ ਕਰਕੇ ਨਹੀਂ ਕੁੱਤਾ ਉਹਨੇ ਆਪ ਥੋੜੀ ਵੱਡਿਆ ਹੋਏਗਾ ਕਿ ਮੀਟ ਬਣਾਉਣਾ ਹੈ ਜੀ ਕੁੱਤਾ ਦਾ ਮਾਮਲਾ ਇਹ ਸੀਗਾ ਕਿ ਸੁਪਰੀਮ ਕੋਰਟ ਚ ਮੱਧ ਪ੍ਰਦੇਸ਼ ਦਾ ਮਾਮਲਾ ਗਿਆ ਸਿਵਲ ਜੱਜ ਵਾਸਤੇ ਇੱਕ ਕੁੜੀ ਨੇ ਦੋ ਵਾਰੀ ਕੁਆਲੀਫਾਈ ਕੀਤਾ ਉਹਦੇ ਤੇ ਇਲਜ਼ਾਮ ਇਹ ਲੱਗਾ ਕਿ ਉਹਦੇ ਤੇ ਇੱਕ ਐਫਆਈਆਰ ਦਰਜਿਆ ਅੱਛਾ ਜੀ ਤੇ ਉਹਨੇ ਸ਼ੁਰੂਆਤ ਦੇ ਵਿੱਚ ਉਸ ਐਫਆਈਆਰ ਦੀ ਜਿਹੜੀ ਜਾਣਕਾਰੀ ਦੇਣੀ ਹੁੰਦੀ ਆ ਜਿਵੇਂ ਕੱਲ ਆਪਾਂ ਪਾਸਪੋਰਟ ਵਾਲੇ ਮਾਮਲੇ 'ਚ ਕਿਥੇ ਤੁਹਾਨੂੰ ਐਫਆਈਆਰ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ ਆਦਰਵਾਇਜ਼ ਪਾਸਪੋਰਟ ਐਕਟ ਦੇ ਤਹਿਤ ਤੁਸੀਂ ਇਹੋ ਜਿਹੇ ਫਸੋਗੇ ਨਾ ਹਾਂਜੀ ਜੇ ਜਾਣਕਾਰੀ ਹਾਈਡ ਕਰੋਗੇ ਤਾਂ ਗੈਰ ਕਾਨੂੰਨ ਤੋ ਤੁਸੀਂ ਜੀ ਤਾਂ ਇਥੇ ਇਹ ਹੋਇਆ ਕਿ ਹਾਈ ਕੋਰਟ ਨੇ ਵੀ ਉਹਦੀ ਗੱਲ ਨਹੀਂ ਸੁਣੀ ਉਲਟਾ ਟਿੱਪਣੀਆਂ ਕੀਤੀਆਂ ਉਹ ਫਿਰ ਸੁਪਰੀਮ ਕੋਰਟ ਚਾਈ ਮਸਲਾ ਐਸੀ ਕਾ ਕਿ ਉਹਦਾ ਕੁੱਤਾ ਗਾਂ ਕਿਤੇ ਗਵਾਂਢੀ ਨੂੰ ਵੱਢ ਗਿਆ ਵੱਢਿਆ ਵੀ ਕੋਈ ਜ਼ਿਆਦਾ ਨਹੀਂ ਸੀ ਸੁਪਰੀਮ ਕੋਰਟ ਨੇ ਫਿਰ ਇਹਦੇ ਤੇ ਫੈਸਲਾ ਦਿੱਤਾ ਨੇ ਕਿ ਯਾਰ ਇਹ ਕਿਹੜਾ ਕੋਈ ਵੱਡਾ ਕ੍ਰਾਈਮ ਐ ਕੁੱਤਾ ਕਿਸੇ ਗਵਾਂਢੀ ਨੂੰ ਵੱਢ ਗਿਆ ਕੋਈ ਛੋਟਾ ਅਪਰਾਧ ਸੀ ਇਹਨੂੰ ਹਾਈ ਕੋਰਟ ਵੱਲੋਂ ਵੇਖਣਾ ਚਾਹੀਦਾ ਸੀਗਾ ਜੀ ਕੁੜੀ ਨੇ ਦੋ ਵਾਰੀ ਕੁਆਲੀਫਾਈ ਕੀਤਾ ਤੁਸੀਂ ਉਹਦੀ ਜੁਆਇਨਿੰਗ ਰੋਕੀ ਖੜੇ ਹੋ ਸੋ ਇਸ ਕਰਕੇ ਕੁੱਤੇ ਦਾ ਵੱਢਣ ਦਾ ਮਾਮਲਾ ਜਿਹੜਾ ਵੈਸੇ ਅੱਜ ਕੱਲ ਬੜੀ ਚਰਚਾ ਹੋ ਰਹੀ ਹੈ ਜੋ ਹਾਈ ਕੋਰਟ ਚੋਂ ਮਾਮਲਾ ਨਿਕਲਿਆ ਨਾ ਜੀ ਜਿਹਦੀ ਆਪਾਂ ਪਹਿਲੀ ਗੱਲ ਆਰਡਰ ਆਪਾਂ ਪਹਿਲਾਂ ਹੀ ਕਰਤੀ ਸੀ ਵੇਖ ਲਓ ਚਾਰ ਪੰਜ ਦਿਨ ਬਾਅਦ ਚਲੋ ਆਪਾਂ ਕੋਈ ਲੀਡਰ ਥੋੜੀ ਹੈ ਕਿ ਕ੍ਰੈਡਿਟ ਵਾਰਚ ਪਾਵਾਂਗੇ ਜੀ ਉਹ ਆਪਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਆਰਡਰ ਆ ਚੁੱਕਾ ਸੀਗਾ ਤੇ ਕੱਲ ਹੋਰ ਆ ਉਹ ਖਬਰ ਨੂੰ ਇਦਾਂ ਘੁਮਾਇਆ ਜਾ ਰਿਹਾ ਕਿ ਕੁੱਤੇ ਰੱਖਣ ਵਾਲੇ ਸਾਵਧਾਨ ਹੋ ਜੀ ਕੁੱਤੇ ਨਹੀ ਨਹੀ ਸਭ ਲਈ ਜਦੋਂ ਨਿਯਮ ਬਣਨਗੇ ਉਦੋਂ ਸਪਸ਼ਟ ਹੋਣਾ ਇਹਹੀ ਤੇ ਮੀਡੀਆ ਦੀ ਸਾਡੀ ਕਰਤੂਤ ਮਾੜੀ ਆ ਨਾ ਜੀ ਅਸੀਂ ਉਨੀ ਜਾਣਕਾਰੀ ਦਈਏ ਜਿੰਨੀ ਸਾਡੇ ਕੋਲ ਹੈਗੀ ਆ ਜੀ ਜਾਂ ਕਹਿ ਲੋ ਕਿ ਜਿੰਨੀ ਜਾਣਕਾਰੀ ਦੇਣਾ ਸਾਡਾ ਫਰਜ਼ ਬਣਦਾ ਹੈ ਜੀ ਹਾਲੇ ਪਾਲਤੂ ਕੁੱਤੇ ਦਾ ਜਦੋਂ ਕੋਈ ਨਿਯਮ ਕੋਈ ਨੋਟੀਫਾਈ ਹੋਏਗਾ ਫੇਰ ਹੀ ਪਤਾ ਲੱਗੇਗਾ ਨਾ ਹਾਲੇ ਤੱਕ ਕਮੇਟੀਆਂ ਬਣਨ ਗਿਆ ਉਹਨਾਂ ਨੇ ਫਿਰ ਨਿਯਮ ਬਣਾਉਣੇ ਨੇ ਕਲੇਮ ਵਗੈਰਾ ਦੇ ਜੀ ਜੀ ਸੋ ਆ ਚੀਜ਼ ਸਿਆ ਜੀ 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 ਤਾਂ ਇਧਰੋਂ ਵਿਸ਼ਾਲ ਜਿਸਵਾਲ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ ਤੇ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਜੀ ਇਧਰੋਂ ਹੀਰਾ ਜੀ ਕਹਿੰਨੇ ਕਿ ਕਿਉਂਕਿ ਧਰਤੀ 365 ਦਿਨ ਤੇ 6 ਦਿਨ ਚ ਆਪਣਾ ਚੱਕਰ ਪੂਰਾ ਕਰਦੀ ਹੈ ਜੀ ਕਹਿੰਨੇ ਕਿ ਬਾਈ ਇਹ ਕਰ ਰਿਹਾ ਇਸ ਕਰਕੇ ਹੈ ਜੀ ਜੀ ਇਹ ਵੀ ਸੈਂਟੀਫਿਕ ਚੀਜ਼ਾਂ ਨੇ ਜੀ ਜੀ ਸੁਣਨੀਆਂ ਤੇ ਸਮਝਣੀਆਂ ਚਾਹੀਦੀ ਜੀ 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 ਤਾਂ ਇਹਦੇ ਨਾਲ ਇਧਰੋਂ ਬੰਟੀ ਜੀ ਕੋਈ ਕਮੈਂਟ ਕਰਦੇ ਕੋਈ ਗੱਲ ਨਹੀਂ ਨਾਮ ਬੋਲਣ ਦਾ ਕੋਈ ਚੱਕਰ ਨਹੀਂ ਤਾਂ ਤੁਸੀਂ ਕੋਈ ਗੱਲ ਰੱਖੋ ਕੋਈ ਇਹ ਕੋਈ ਚੱਕਰ ਨਹੀਂ ਇਧਰੋਂ ਕਹ ਰਹੇ ਨੇ ਜੀ ਜਰਨੈਲ ਸਿੰਘ ਪਨਾਮ ਪਿੰਡ ਦੇ ਪਨਾਮ ਪਿੰਡ ਦੇ ਸਨ ਜੀ ਗਡਸ਼ੰਕਰ ਦੇ ਕੋਲ ਜੀ ਮਰੋਕੀ ਜੀ ਕਹਿੰਦੇ ਹਾਂ ਜੀ ਜੀ ਕਈ ਨਾਮ ਸੀਗੇ ਜਰਨੈਲ ਸਿੰਘ ਦੇ ਤੇ ਕਬੱਡੀ ਦੇ ਵੀ ਬੜੇ ਧਾਕੜ ਖਿਡਾਰੀ ਸੀਗੇ ਅੱਛਾ ਜੀ ਜੈਲਾ ਪਨਾਮੀਆਂ ਕਹਿੰਦੇ ਸੀ ਵਾਹ ਜੀ ਵਾਹ ਤਗੜੇ ਤੋਂ ਤਗੜੇ ਰੀਡਰ ਨੂੰ ਢੇਰੀ ਕਰ ਦਿੰਦੇ ਸੀ ਕੈਂਚੀ ਮਾਰ ਕੇ ਜੀ 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 ਦੁਆਬਾ ਲੈਬ ਅਸੀਂ ਵੀ ਤੁਹਾਨੂੰ ਬਹੁਤ ਸੁਣਦੇ ਆ ਜੀ ਚਲੋ ਧੰਨਵਾਦ ਤੁਹਾਡਾ ਜੀ ਤੇ ਇਹਦੇ ਨਾਲ ਇਧਰੋਂ ਰਜਿੰਦਰ ਜੀ ਆਏ ਕਹਿੰਦੇ ਕਿ ਸਾਡੇ ਇਲਾਕੇ ਵਾਲੇ ਮੈਂਬਰ ਹਨ ਜੀ ਉਹ ਕੱਲ ਮੇਰੇ ਬਾਪੂ ਦਾ ਆਪ ਧਾਰ ਕਾਰਡ ਵੋਟਾਂ ਵਾਸਤੇ ਲੈ ਕੇ ਗਿਆ ਵਧੀਆ ਗੱਲ ਆ ਭਾਈ ਜੇ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਤੇ ਇਸ ਕਰਕੇ ਮਿਲਦਾ ਲੋਕ ਜਿਹੜੇ ਪਿੰਡਾਂ ਚੋਂ ਮਿਲਦਾ ਕਈ ਵਾਰੀ ਕਿਸੇ ਨੂੰ ਅਵੇਰਨੈਸ ਨਾਲ ਹੁਣ ਕਰਕੇ ਉਹ ਜਿਹੜਾ ਡਾਕੂਮੈਂਟ ਨਹੀਂ ਪੂਰੇ ਕਰ ਪਾਉਂਦੇ ਕਿ ਦੂਜੀਆਂ ਵੋਟਾਂ ਘਰ ਜਾ ਕੇ ਬਣਦੀਆਂ ਤੇ ਅਗਲਾ ਕਹਿੰਦਾ ਯਾਰ ਕਿੱਧਰ ਜਾਵਾਂਗੇ ਥੱਕੇ ਖਾਵਾਂਗੇ ਸਮੇਂ ਦੀ ਬਰਬਾਦੀ ਹੋਊਗੀ ਉਧਰ ਉਹ ਨਹੀਂ ਮਿਲਿਆ ਉਧਰ ਆ ਨਹੀਂ ਮਿਲਿਆ ਜੀ ਪਰ ਜਿਨ੍ਹਾਂ ਲੋਕਾਂ ਨੇ ਬਣਾਉਣੀਆਂ ਸੀ ਬਣਵਾ ਵੀ ਲਈਆਂ ਪਰ ਜੇ ਥੋੜਾ ਬਹੁਤਾ ਕਸ਼ਟ ਚੁੱਕਣਾ ਵੀ ਪਵੇ ਇਹੋ ਜੀ ਵੋਟ ਵਾਸਤੇ ਤੇ ਮੈਨੂੰ ਲੱਗਦਾ ਕਿ ਗੁਰੇਜ਼ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਜੀ ਇਧਰੋਂ ਸਰਵ ਠਾਕਰ ਜੀ ਇਹ ਕੈਨੇਡਾ ਤੋਂ ਟਰੱਕ ਡਰਾਈਵਰ ਨੇ ਮਿੰਟੂ ਜੀ ਕਹਿੰਦੇ ਇਹ ਇਕਲੌਤਾ ਚੰਦਲਾ ਜਿਹੜਾ ਨਿਊਜ਼ ਦੇ ਨਾਲ-ਨਾਲ ਚੰਗੀਆਂ ਗੱਲਾਂ ਦੀ ਲਈ ਮੋਟੀਵੇਟ ਵੀ ਕਰਦਾ ਸਾਨੂੰ ਥੈਂਕ ਯੂ ਬੋਥ ਆਫ ਯੂ ਮਿਹਰਬਾਨੀ ਜੀ ਸ਼ੁਕਰੀਆ ਤੇ ਇਧਰੋਂ ਬਈ ਹਾਂਜੀ ਤੇ ਮਿੰਟੂ ਜੀ ਕਹਿ ਰਿਹਾ ਕਿ ਤੁਸੀਂ ਬਹੁਤ ਸੋਹਣਾ ਲਿਖਿਆ ਅੱਜ ਸ਼ਮੀ ਜੀ ਬਾਰੇ ਕਹਿੰਦੇ ਕਿ ਕਈਆਂ ਦਾ ਕਮੈਂਟ ਆਏ ਵੀਰਾਂ ਦੇ ਕਹਿੰਦੇ ਕਿ ਬਾਈ ਮੈਨੂੰ ਇੱਕ ਮੰਤਰੀ ਦੇ ਲੜਕੇ ਦਾ ਵੀ ਆਇਆ ਪਿਆ ਮੈਸੇਜ ਜੀ ਉਹਨਾਂ ਨੇ ਵੀ ਉਹ ਲਿਖਤ ਪੜੀ ਆ ਤੇ ਉਹ ਮਤਲਬ ਕਿ ਸਲਾਹਾਂ ਭੇਜੀ ਆ ਮੈਂ ਬਹੁਤ ਲਿਖਿਆ ਜੀ ਹਜ਼ੂਰ ਆਪਦੀ ਲਾਈਫ ਚ ਜੀ ਪਰ ਹੁਣ ਸਮਾਂ ਸਮਾਂ ਘਟ ਗਿਆ ਜੀ ਧੰਨ ਬਤਾਰ ਜੀਵੇਂ ਵੱਧ ਕੇ ਲਿਖਤ ਲਵ ਸੀ ਆਪਣਾ ਹਾਂਜੀ ਹੁਣ ਹੁਣ ਵੱਡੀਆਂ ਪੋਸਟਾਂ ਲਿਖਣ ਵਾਲਾ ਕੰਮ ਵੈਸੇ ਵੀ ਟ੍ਰੈਂਡ ਘਟ ਗਿਆ ਨਾ ਬਹੁਤ ਨਹੀਂ ਲਿਖ ਤਾਂ ਮੈਂ ਲੋਕ ਨਹੀਂ ਤੁਸੀਂ ਲਿਖਣ ਨੂੰ ਪੱਕਰ ਨਹੀਂ ਗੱਲ ਲਿਖਦਾ ਮੈਂ ਤਾਂ ਤਿੰਨ ਤਿੰਨ ਘੰਟੇ ਲਗਾਤਾ ਟਾਈਪ ਕਰ ਲੈਂਦਾ ਸੀ ਜੀ ਜੀ ਬੜੀ ਪਰਮਾਤਮਾ ਦੀ ਮਿਹਰ ਸੀਗੀ ਪਰ ਹੁਣ ਲਿਖਣ ਦਾ ਯਾਨੀ ਆਪ ਦਾ ਹੀ ਜ਼ਿੰਦਗੀ ਦਾ ਨੌ ਰਜੇਮਾ ਕੁਛ ਇਸ ਤਰ੍ਹਾਂ ਵੱਧ ਗਿਆ ਕਿ ਕੋਈ ਨਹੀਂ ਚਲੋ ਕਿਥੇ ਸਮਾਂ ਮਿਲਿਆ ਤੇ ਸਾਰਾ ਗੁਬਗੁਵਾਰ ਫਿਰ ਕੋਈ ਕਿਤਾਬ ਕਤੂਬ ਚ ਕੱਢ ਦਿਆਂਗੇ ਜੀ ਜੀ ਜੀ